2-4 ਸਾਲ ਤੋਂ ਥੋੜੀ ਕੈਟਰੈਕਟ ਦੀ ਪ੍ਰੋਬਲਮ ਹੋ ਰਹੀ ਸੀ ਐਕਚੁਅਲੀ ਮੈਨੂੰ ਪਤਾ ਨਹੀਂ ਸੀ ਕਿ ਪ੍ਰੋਬਲਮ ਕੀ ਹੈ ਕਿ ਘੱਟ ਦਿਖਾਈ ਦਿੰਦਾ ਸੀ ਔਰ ਫਿਰ ਮੈਂ THIND ਸਾਹਿਬ ਬਾਰੇ ਸੁਣਿਆ ਸੀ ਕਿ ਬਹੁਤ ਅੱਛੇ ਡਾਕਟਰ ਇੱਥੇ ਜਲੰਧਰ 'ਚ ਔਰ ਮੈਂ ਉਹਨਾਂ ਨੂੰ ਚੈੱਕਅਪ ਕਰਾਇਆ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਪ੍ਰੋਬਲਮ ਹੈ ਜੀ ਕੈਟਰੈਕਟ ਦੀ ਜਿਸ ਤਰ੍ਹਾਂ ਮੈਂ ਪਹਿਲਾਂ ਬਹੁਤ ਡਰਦੀ ਸੀ ਕਿ ਪਤਾ ਨਹੀਂ ਕੀ ਹੋਏਗਾ ਪਰ ਡਾਕਟਰ ਸਾਹਿਬ ਨੇ ਇੰਨਾ ਕੰਫਰਟੇਬਲ ਕਰ ਦਿੱਤਾ ਰੀਅਲੀ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਮਤਲਬ ਸਰਜਰੀ ਹੋ ਗਈ 2-4 ਮਿੰਟ ਦੇ ਵਿੱਚ ਹੀ ਹੋ ਗਿਆ ਅੱਜ ਮੈਂ ਦੁਬਾਰਾ ਚੈੱਕਅਪ ਵਾਸਤੇ ਆਈ ਹਾਂ ਮੇਰੀ ਅੱਖ ਦੀ ਦੁਬਾਰਾ ਵੀ ਚੈੱਕਅਪ ਹੋਈ ਹੈ ਔਰ ਮੈਂ ਬਹੁਤ ਸੈਟਿਸਫਾਈਡ ਹਾਂ ਔਰ ਮੈਂ ਹੁਣ ਦੁਬਾਰਾ ਫਿਰ ਦੂਸਰੀ ਅੱਖ ਦੀ ਵੀ ਆਪਣੀ ਇਹਦਾ ਕੈਟਰੈਕਟ ਦੇ ਆਪਰੇਸ਼ਨ ਬਾਰੇ ਸੋਚ ਰਹੀ ਹਾਂ ਕਿ ਮੈਂ ਜਲਦੀ 10-15 ਦਿਨ 'ਚ ਫਿਰ ਦੁਬਾਰਾ ਦੂਸਰਾ ਵੀ ਕਰਾਵਾਂਗੀ ਔਰ ਸਟਾਫ ਵੀ ਬਹੁਤ ਕੋਆਪਰੇਟਿਵ ਆ ਸਾਰੇ ਬਹੁਤ ਅੱਛੀ ਤਰ੍ਹਾਂ ਅਟੈਂਡ ਕਰਦੇ ਆ ਤੁਹਾਨੂੰ ਪਰਸਨਲੀ ਦੇਖਦੇ ਆ ਕੋਈ ਜ਼ਿਆਦਾ ਵੇਟ ਵੀ ਨਹੀਂ ਕਰਨੀ ਪੈਂਦੀ ਐਂਡ ਈਵਨ ਹੋਸਪਿਟਲ ਵੀ ਬਹੁਤ ਨੀਟ ਐਂਡ ਕਲੀਨ ਹੈ ਆਈ ਐਮ ਵੈਰੀ ਹੈਪੀ ਐਂਡ ਸੈਟਿਸਫਾਈਡ ਥੈਂਕ ਯੂ